हाँ जी, सत श्री अकाल जी सारिआं नूं। अज आपां बायोग्राफी लैके आए हां यार चले बहार वैब सीरीज़ दे बहुत ही वधिया एक्टर इंदर दी। इस वीडियो विच आपां इंदर दे जन्म, स्ट्रगल, परिवार ते उम्र बारे गल करांगे। सो पूरी जानकारी लई वीडियो नाल जुड़े रहो। सो सब तो पहला तुहानूं दस दईए कि वैब सीरीज़ दे विच तां इन्हां दा नां इंदर है ही, ते रियल लाइफ दे विच वी इन्हां दा पूरा नां इंदरजीत सिंह ही है। इंदर दा जन्म 29 अक्तूबर 2001 दे विच जौला खुरद दे विच होया। अपनी रियल लाइफ दे विच इह पुआधी भाषा बोलदे ने, हुण तां इह पंजाबी भी वधिया बोल लैंदे ने। बचपन तो ही इन्हां ने घर दे विच फिल्मी माहौल वेख्या, क्योंकि उन्हां दिनां दे विच इन्हां दे घर टीवी सी ते लोकां दा मेला लग्गिया रहिंदा सी। टीवी उत्ते फिल्मां वगैरह वेखण लई इन्हां दे घर। फिल्मां वेख वेख के ही इंदर दे अंदर भी एक्टिंग दा कीड़ा उठिया। पर साल 2014 दे विच उन्हां दे पिता दी डैथ हो गई। उस तों बाद उन्हां दी जिंदगी बदल गई। उह अपने उत्ते घर दी जिम्मेवारी समझण लग पे। स्कूल टाइम 10वीं क्लास दे विच लोहड़ी दे प्रोग्राम उत्ते हर साल पार्टिसिपेट करदे सी इंदर। ऐदां हौली हौली ਉਹ ਐਕਟਿੰਗ ਦੇ ਹੁਨਰ ਨੂੰ ਨਿਖਾਰਦੇ ਗਏ। ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਉਹ ਐਕਟਰ ਹੀ ਬਣਨਗੇ। ਉਹ ਕਦੇ ਵਕੀਲ, ਕਦੇ ਡਾਕਟਰ ਤੇ ਕਦੇ ਆਰਮੀ ਵਿੱਚ ਭਰਤੀ ਹੋਣ ਬਾਰੇ ਸੋਚ ਰਹੇ ਸੀ। ਪਰ ਉਹਨਾਂ ਦਾ ਮੇਨ ਕੈਰੀਅਰ ਉੱਤੇ ਕੋਈ ਫੋਕਸ ਨਹੀਂ ਸੀ। ਪਰ ਇੱਕ ਵਾਰ ਉਹਨਾਂ ਨੇ ਰਣਵੀਰ ਕਪੂਰ ਦੀ ਰਾਜਨੀਤੀ ਫਿਲਮ ਵੇਖੀ। ਉਸ ਤੋਂ ਬਾਅਦ ਉਹਨਾਂ ਨੇ ਐਕਟਰ ਬਣਨ ਦੀ ਹੀ ਠਾਣ ਲਈ ਤੇ ਮਿਹਨਤ ਕਰਦੇ ਰਹੇ। ਸਾਲ 2023 ਦੇ ਮਾਰਚ ਮਹੀਨੇ ਉਹਨਾਂ ਨੂੰ ਕਲਰਸ ਟੀਵੀ ਉੱਤੇ ਸਰਗੁਣ ਮਹਿਤਾ ਦੇ ਸ਼ੋਅ ਸਵਰਨ ਘਰ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਉਸ ਤੋਂ ਬਾਅਦ ਉਹਨਾਂ ਨੂੰ ਯਾਰ ਚੱਲੇ ਬਾਹਰ ਦੀ ਆਫਰ ਆਈ ਤੇ ਉਹਨਾਂ ਨੇ ਆਫਰ ਸਵੀਕਾਰ ਕੀਤੀ। ਤੈ ਦਿਲੋਂ ਮਿਹਨਤ ਦੇ ਨਾਲ ਕੰਮ ਕੀਤਾ ਤੇ ਅੱਜ ਨਤੀਜਾ ਤੁਹਾਡੇ ਸਾਹਮਣੇ ਹੈ। ਯਾਰ ਚੱਲੇ ਬਾਹਰ ਦੇ ਵਿੱਚ ਇਹਨਾਂ ਦੇ ਕਰੈਕਟਰ ਦੀ ਗੱਲ ਕਰੀਏ ਤਾਂ ਇੰਦਰ ਨੂੰ ਆਪਣੀ ਮੈਡਮ ਦੇ ਨਾਲ ਪਿਆਰ ਹੋ ਜਾਂਦਾ ਹੈ ਤੇ ਉਹ ਮੈਡਮ ਦੇ ਲਈ ਆਸਟ੍ਰੇਲੀਆ ਦਾ ਵੀਜ਼ਾ ਵੀ ਸਾਈਡ ਦੇ ਵਿੱਚ ਕਰ ਦਿੰਦਾ ਹੈ ਤੇ ਆਪਣੇ ਪਿਆਰ ਲਈ ਪਹਿਲਾਂ ਖੜਦਾ ਹੈ ਤੇ ਲੋਕ ਉਹਨਾਂ ਦੇ ਕਰੈਕਟਰ ਨੂੰ ਬਹੁਤ ਜ਼ਿਆਦਾ ਪਸੰਦ ਵੀ ਕਰ ਰਹੇ ਨੇ। ਤੁਹਾਨੂੰ ਇਸ ਵੈਬ ਸੀਰੀਜ਼ ਦੇ ਵਿੱਚ ਇੰਦਰ ਦੀ ਐਕਟਿੰਗ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ। ਵੀਡੀਓ ਵਧੀਆ ਲੱਗੀ ਤਾਂ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ। ਇਹੋ ਜਿਹੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਇਕਸੀ ਦੇਸੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਸੋ ਹੁਣ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ। ਉਦੋਂ ਤੱਕ ਰੱਬ ਰੱਖਾ।